ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਦੇ ਤਹਿਤ ਲੁਧਿਆਣਾ ਵਿੱਚ ਸਿਹਤ ਵਿਭਾਗ ਵੱਲੋਂ ਮੋਬਾਈਲ ਕਲੀਨਿਕ ਅਤੇ ਐਂਬੂਲੈਂਸ ਦੇ ਜ਼ਰੀਏ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਜਗਜੀਵਨ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਟੈਸਟਿੰਗ ਮੋਬਾਈਲ ਕਲੀਨਿਕ ਅਤੇ ਐਂਬੂਲੈਂਸ ਨੂੰ ਪੰਜਾਬ ਸਰਕਾਰ ਅਤੇ ਸਿਹਤ ਮੰਤਰਾਲੇ ਨੇ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਬੱਸ ਨੂੰ ਰਵਾਨਾ ਕੀਤਾ ਸੀ ਤੇ ਬੱਸ ਸ਼ਨੀਵਾਰ ਸਵੇਰੇ ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਪਹੁੰਚੀ ਸੀ। ਪਹਿਲੇ ਦਿਨ ਬੱਸ ਵਿੱਚ 85 ਲੋਕਾਂ ਦੇ ਨਮੂਨੇ ਲਏ ਗਏ ਸਨ। ਮੈਂ ਜਗਜੀਵਨ ਸ਼ਰਮਾ ਲੁਧਿਆਣਾ ਦੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਵਿੱਚ ਕੰਮ ਕਰ ਰਿਹਾ ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਵੱਲੋਂ ਕੱਲ੍ਹ ਇੱਕ ਮੋਬਾਈਲ ਬੱਸ ਨੂੰ ਚੰਡੀਗੜ੍ਹ ਤੋਂ ਫਲੈਗ ਆਫ ਕੀਤਾ ਗਿਆ ਅਤੇ ਸਾਡੇ ਕੋਲ ਅੱਜ ਲੁਧਿਆਣਾ ਦੇ ਵਿੱਚ ਅਸੀਂ ਇਸ ਬੱਸ ਰਾਹੀਂ ਟੈਸਟਿੰਗ ਕਰਵਾਈ ਹੈ ਬਸਤੀ ਜੋਧੇਵਾਲ ਚੌਂਕ ਦੇ ਵਿੱਚ। ਅਤੇ ਇਸ ਤੋਂ ਇਲਾਵਾ ਵੀ ਜਿਹੜੀਆਂ ਦੋ ਮੋਬਾਈਲ ਵੈਨਸ ਵੀ 26 ਅਗਸਤ ਤੋਂ ਸਾਡੇ ਕੋਲ ਟੈਸਟਿੰਗ ਲਈ ਲੁਧਿਆਣਾ ਦੇ ਵਿੱਚ ਅਵੇਲੇਬਲ ਨੇ ਅਤੇ ਇਹਨਾਂ ਅਸੀਂ ਦੋ ਵੈਨਸ ਅਤੇ ਬੱਸ ਰਾਹੀਂ ਲੋਕਾਂ ਦੇ ਡੋਰ ਸਟੈਪ 'ਤੇ ਜਾ ਕੇ ਅਸੀਂ ਉਹਨਾਂ ਦੇ ਟੈਸਟ ਜਿਹੜੇ ਆ ਉਹ ਕਰ ਰਹੇ ਹਾਂ ਅਤੇ ਅੱਜ ਵੀ ਅਸੀਂ ਇਸ ਬੱਸ ਦੇ ਰਾਹੀਂ 80 ਟੈਸਟ ਕੀਤੇ ਨੇ ਬਸਤੀ ਜੋਧੇਵਾਲ ਏਰੀਆ ਦੇ ਵਿੱਚ ਅਤੇ ਉਹਨਾਂ 80 ਟੈਸਟ ਦੇ ਵਿੱਚੋਂ 2 ਪੋਜ਼ੀਟਿਵ ਪਾਏ ਗਏ ਸੀ ਅਤੇ ਉਹਨਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੋਮ ਆਈਸੋਲੇਟ ਕਰ ਦਿੱਤਾ ਗਿਆ ਮੌਕੇ 'ਤੇ ਹੀ ਮੈਡੀਕਲ ਅਫਸਰ ਵੱਲੋਂ। ਅਤੇ ਅਸੀਂ ਚਾਹੁੰਦੇ ਹਾਂ ਵੀ ਲੋਕ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਟੈਸਟਿੰਗ ਲਈ ਅੱਗੇ ਆਉਣ ਕਿਉਂਕਿ ਅਰਲੀ ਡਿਟੈਕਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਜਿੰਨੀ ਜਲਦੀ ਕੋਈ ਵੀ ਕੇਸ ਜਿਹੜਾ ਹੈਗਾ ਉਹ ਪੋਜ਼ੀਟਿਵ ਅਗਰ ਕੋਈ ਹੈ ਹਿਡਨ ਕੇਸ ਹੈ ਉਹ ਸਾਡੇ ਕੋਲ ਸਾਹਮਣੇ ਆਊਗਾ ਤਾਂ ਉਨੀ ਛੇਤੀ ਹੀ ਉਸ ਨੂੰ ਅਸੀਂ ਆਈਸੋਲੇਟ ਕਰ ਸਕਦੇ ਹਾਂ। ਤਾਂ ਇੱਕ ਪਲੱਸ ਪੁਆਇੰਟ ਇਹ ਹੈ ਵੀ ਅਜਿਹਾ ਕੋਈ ਵਿਅਕਤੀ ਜਿਹੜਾ ਹਿਡਨ ਪੋਜ਼ੀਟਿਵ ਕੇਸ ਹੈਗਾ ਤਾਂ ਉਹ ਸਪਰੈਡ ਨਹੀਂ ਕਰੂਗਾ ਅੱਗੇ ਡਿਜ਼ੀਜ਼। ਤਾਂ ਕਰੋਨਾ ਦੀ ਚੇਨ ਨੂੰ ਜਿਹੜਾ ਤੋੜਨ ਦੇ ਵਿੱਚ ਸਾਨੂੰ ਬੜੀ ਮਦਦ ਮਿਲੂਗੀ। ਇਸ ਕਰਕੇ ਲੋਕ ਆਪਣੇ ਮਨ ਦੇ ਵਿੱਚੋਂ ਕੋਈ ਵਹਿਮ ਭੈ ਜਾਂ ਡਰ ਜਿਹੜਾ ਹੈਗਾ ਉਹ ਟੈਸਟਿੰਗ ਦੇ ਪ੍ਰਤੀ ਕੱਢਣ ਅਤੇ ਟੈਸਟਿੰਗ ਤੋਂ ਡਰਨ ਦੀ ਲੋੜ ਨਹੀਂ। ਸਮਾਂ 'ਤੇ ਸਾਨੂੰ ਸਾਰਿਆਂ ਦੇ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਜੋ ਅਸੀਂ ਕਰੋਨਾ ਦੀ ਚੇਨ ਨੂੰ ਅਸੀਂ ਤੋੜ ਸਕੀਏ। ਇਹ ਮੋਬਾਈਲ ਵੈਨ ਸਾਡੇ ਕੋਲ ਦਿਨ ਕੋਈ ਨਿਸ਼ਚਿਤ ਨਹੀਂ ਹੈਗੇ। ਸਾਡੇ ਕੋਲ ਅੱਗੇ ਜਿਹੜਾ ਹੈਗਾ ਉਹ ਜਿੰਨੀ ਦੇਰ ਤੱਕ ਵੀ ਕਰੋਨਾ ਦਾ ਇਹ ਅਸੀਂ ਇਹਦੇ ਉੱਤੇ ਕੰਟਰੋਲ ਨਹੀਂ ਕਰ ਸਕਦੇ ਉਨੀ ਦੇਰ ਤੱਕ ਅਸੀਂ ਜਿਹੜੀ ਇਹਦੀ ਟੈਸਟਿੰਗ ਹੈ ਉਹ ਚਲਾ ਰਹੇ ਹਾਂ। ਅੱਗੇ ਅਸੀਂ ਸਾਰੇ ਹੀ ਜਿੱਥੇ ਜਿੱਥੇ ਵੀ ਏਰੀਏ ਦੇ ਵਿੱਚ ਸਾਨੂੰ ਕੰਟੇਨਮੈਂਟ ਜ਼ੋਨਸ ਨੇ ਮਾਈਕਰੋ ਕੰਟੇਨਮੈਂਟ ਜ਼ੋਨ ਨੇ ਜਾਂ ਜਿਹੜੇ ਹਾਈ ਰਿਸਕ ਏਰੀਏ ਨੇ ਭੀੜ ਭਰੇ ਇਲਾਕੇ ਨੇ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਵੈਨਾਂ ਨੂੰ ਲੈ ਕੇ ਜਾਵਾਂਗੇ ਅਤੇ ਲੋਕਾਂ ਦੀ ਟੈਸਟਿੰਗ ਕਰਾਂਗੇ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਮਾਰੀ ਦਾ ਅਸਰ ਇਸ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।